ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਆ ਕੇ ਜਿਵੇਂ ਹਰ ਵਾਰ ਦੀ ਤਰ੍ਹਾਂ ਸਕੂਨ ਮਿਲਦਾ, ਉਸੇ ਤਰ੍ਹਾਂ ਸਕੂਨ ਮਿਲਿਆ। ਦਰਸ਼ਨ ਕੀਤੇ ਦਰਬਾਰ ਸਾਹਿਬ ਦੇ ਔਰ ਸੰਗਤ ਦੇ, ਔਰ ਬਹੁਤ ਚੰਗਾ ਲੱਗਿਆ। ਔਰ ਤੁਹਾਨੂੰ ਸਾਰਿਆਂ ਨੂੰ ਵੀ ਇੱਥੇ ਆਉਣ ਦਾ ਜੋ ਵੀ ਮੈਂ ਤੁਹਾਨੂੰ ਬੇਨਤੀ ਕਰਦਾ, ਕਿਉਂਕਿ ਇਹ ਉਹ ਦਰਬਾਰ ਹੈ ਜਿਹੜਾ ਦਰਬਾਰ ਅਸੀਂ ਕੋਈ ਵੀ ਮੰਨਤ ਸੁੱਖ ਮੰਗਦੇ ਹਾਂ, ਸਾਡੀ ਹਰ ਮੁਰਾਦ ਪੂਰੀ ਹੁੰਦੀ ਹੈ। ਔਰ ਮਾਲਕ ਦੇ ਚਰਨਾਂ ਦੇ ਵਿੱਚ ਜੁੜ ਕੇ ਰਹਿਣਾ, ਇਨਸਾਨ ਇੱਕ ਮਾਲਕ ਦਾ ਸਿਰਜਿਆ ਹੋਇਆ ਜਿਹੜਾ ਇਨਸਾਨ ਹੈ, ਉਹ ਮਾਲਕ ਦੇ ਚਰਨੀ ਲੱਗਾ ਰਹੇ ਤਾਂ ਬਹੁਤ ਚੰਗੀ ਗੱਲ ਹੈ। ਅਤੇ ਅੱਜ ਹਰ ਤਰ੍ਹਾਂ ਦੀ ਤਰ੍ਹਾਂ ਇਸ ਵਾਰ ਵੀ ਆ ਕੇ ਬਹੁਤ ਚੰਗਾ ਲੱਗਾ। ਔਰ ਮੈਂ ਦੁਆ ਕਰਦਾ ਕਿ ਪੂਰਾ ਜੋ ਹਜ਼ੂਮ ਹੈ, ਕੋਈ ਕੁੱਲ ਕਾਇਨਾਤ ਦੇ ਉੱਤੇ ਬਾਬਾ ਨਾਨਕ, ਗੁਰੂ ਰਾਮਦਾਸ, ਦਸੇ ਗੁਰੂ, ਪੀਰ ਪੈਗੰਬਰ ਮਿਹਰ ਕਰਨ, ਸਭ ਨੂੰ ਚੜ੍ਹਦੀ ਕਲਾ ਬਖਸ਼ਣ, ਸਭ ਨੂੰ ਖੁਸ਼ੀਆਂ ਬਖਸ਼ਣ, ਅਤੇ ਸਦਾ ਹਰ ਇੱਕ ਬੰਦਾ ਸਲਾਮਤ ਰਹੇ, ਚੜ੍ਹਦੀ ਕਲਾ ਦੇ ਵਿੱਚ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਨਵਾਂ ਜੀ ਐਲਬਮ, ਇਹ ਦੋ ਤਾਂ ਫਿਲਮਾਂ ਰੈਡੀ ਨੇ, ਸੁੱਚਾ ਸੂਰਮਾ ਐਂਡ ਉੱਚਾ ਦਰ ਬਾਬੇ ਨਾਨਕ ਦਾ ਫਿਲਮ, ਜਿਹੜੀ ਉਹਦੀ ਸ਼ੂਟਿੰਗ ਕੰਪਲੀਟ ਹੋ ਗਈ ਹੈ। ਯੋਗਰਾਜ ਜੀ, ਦੇਵ ਖਰੌੜ, ਮੋਨਿਕਾ ਗਿੱਲ, ਈਸ਼ਾ ਰਿਖੀ ਔਰ ਮੈਂ, ਬਹੁਤ ਅੱਛੀ ਟੀਮ ਆ ਜੀ। ਔਰ ਤਰਨਵੀਰ ਜਗਪਾਲ ਸਾਹਿਬ ਦੀ ਡਾਇਰੈਕਸ਼ਨ ਹੈ, ਉਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਫਿਲਮ ਜਿਹੜੀ ਆ ਸ਼ੂਟ ਕੀਤੀ ਆ। ਉਹਨਾਂ ਦੀ ਡਾਇਰੈਕਸ਼ਨ ਪਹਿਲਾਂ ਵੀ ਰੱਬ ਦਾ ਰੇਡੀਓ 1, ਰੱਬ ਦਾ ਰੇਡੀਓ 2, ਦਾਣਾ ਪਾਣੀ ਵਰਗੀਆਂ ਬਹੁਤ ਵੱਡੀਆਂ ਫਿਲਮਾਂ ਉਹਨਾਂ ਨੇ ਦਿੱਤੀਆਂ। ਅਤੇ ਕੈਨੇਡਾ ਦੇ ਵਿੱਚ ਸ਼ੂਟ ਹੋਈ ਹੈ ਜੀ ਮੈਕਸੀਮਮ ਫਿਲਮ, ਜਿਹੜੀ ਪਰਸੋਂ ਹੀ ਕੰਪਲੀਟ ਹੋਈ ਹੈ, ਕੱਲ੍ਹ ਫਲਾਈਟ ਲੈ ਕੇ ਮੈਂ ਇੱਥੇ ਆਇਆ। ਅਤੇ ਇਹ ਫਿਲਮਾਂ ਨੇ ਜੀ, ਅਤੇ ਇੱਕ ਕੈਸੇਟ ਐਲਬਮ ਜਿਹੜੀ ਜਿਹਦੇ ਵਿੱਚ 13 ਗੀਤ ਇਹ ਮੇਰੇ ਆ ਰਹੇ, ਇਹਦਾ ਟਾਈਟਲ ਹੈ ਭੰਗੜੇ ਦਾ ਕਿੰਗ। ਉਹਦੇ ਵਿੱਚ ਫੋਕ ਸੌਂਗ, ਪੋਪ ਸੌਂਗ, ਭੰਗੜਾ ਨੱਚਣ ਕੁੱਦਣ ਵਾਲੇ ਸੌਂਗ, ਸਮਾਜ ਨੂੰ ਮੈਸੇਜ ਦੇਣ ਵਾਲੇ ਸੌਂਗ, ਜਿਵੇਂ ਦਾ ਮੈਂ ਪਹਿਲਾਂ ਜਿੰਨੀਆਂ ਐਲਬਮਸ ਕੀਤੀਆਂ, ਇਹ ਮੇਰੀ 17ਵੀਂ ਐਲਬਮ ਹੋਏਗੀ ਜੀ। ਔਰ ਮੈਂ ਆਸ ਕਰਦਾ ਕਿ ਜਿਹੜੀ ਸੰਗਤ ਹੈ ਇਸ ਐਲਬਮ ਨੂੰ ਵੀ ਬਹੁਤ ਸਾਰਾ ਪਿਆਰ ਦਊਗੀ। ਅਤੇ ਇੱਕ ਵਾਰੀ ਫਿਰ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਨੌਜਵਾਨ ਵਾ ਜੀ, ਮੈਂ ਤੁਹਾਨੂੰ ਦੱਸਦਾ ਜੀ, ਨੌਜਵਾਨ ਐਂ ਨਹੀਂ ਗਾ ਵੀ, ਨੌਜਵਾਨੀ ਜਿਹੜੀ ਆ ਉਹ ਬਹੁਤ ਅੱਛੇ ਬੱਚੇ ਵੀ ਆ ਜਿਹੜੇ ਬੜੀ ਮਿਹਨਤ ਕਰਦੇ ਆ, ਚੰਗੀ ਸਟੱਡੀ ਕਰਦੇ ਆ, ਚੰਗੀ ਸੋਚ ਰੱਖਦੇ ਆ ਵਰਲਡਵਾਈਡ। ਇਹ ਜਿਹੜਾ ਥੋੜ੍ਹਾ ਨਸ਼ਿਆਂ ਦੀ ਇੱਕ ਮੈਂ ਕਹਿ ਸਕਦਾ ਲੱਤ, ਇਹ ਇਕੱਲੇ ਪੰਜਾਬ 'ਚ ਹੀ ਨਹੀਂ, ਅਸੀਂ ਐਂ ਹਾਂ ਵੀ ਚਲੋ ਸਾਨੂੰ ਪੰਜਾਬ ਦਾ ਜ਼ਿਆਦਾ ਫਿਕਰ ਆ, ਅਸੀਂ ਪੰਜਾਬੀ ਹਾਂ, ਅਸੀਂ ਪੰਜਾਬ ਦੀ ਸਲਾਮਤੀ ਚਾਹੁੰਦੇ ਹਾਂ। ਪਰ ਨਸ਼ਾ ਜਿਹੜਾ ਆ ਜੇ ਕਰਨਾ ਉਹਨੇ ਕਰਨਾ ਹੀ ਹੈ ਜੀ, ਪਰ ਇਹ ਵਰਲਡਵਾਈਡ ਇੱਕ ਹਵਾ ਵਗੀ ਹੋਈ ਹੈ, ਇਹ ਇਕੱਲੇ ਪੰਜਾਬ ਦਾ ਯੂਥ ਨਹੀਂ ਜੀ। ਅਸੀਂ ਕਿਉਂਕਿ ਅਸੀਂ ਸਾਰਾ ਵਰਲਡ ਘੁੰਮਦੇ ਹਾਂ ਜੀ, ਅਸੀਂ ਬਾਹਰ ਵੀ ਦੇਖਦੇ ਹਾਂ। ਹੁਣ ਸਰੀ ਦੇ ਵਿੱਚ ਇੱਥੇ ਵੈਨਕੂਵਰ ਸਰੀ ਸੁਣਨ ਨੂੰ ਮਿਲਦਾ ਵੀ ਉੱਥੇ ਗੋਲੀਆਂ ਚੱਲਦੀਆਂ, ਇਹ ਹੁੰਦਾ, ਪਰ ਅਸੀਂ ਉੱਥੇ, ਮੈਂ 34 ਸਾਲ ਤੋਂ ਰਹਿੰਦਾ ਜੀ,
ਹੁਣ ਬਹੁਤ ਸਾਰੇ ਸਿੰਗਰ ਚਲੋ ਹੁਣ ਹਿੱਟ ਹੋਣ ਤੋਂ ਬਾਅਦ ਗਏ ਆ, ਅਸੀਂ ਉੱਥੇ ਜਾ ਕੇ ਖੋਰੀ ਵੀ ਖੋਤੀ ਆ, ਸਟਰਗਲ ਵੀ ਕੀਤੀ ਆ, ਔਰ ਮੈਂ 7-8 ਸਾਲ ਲੇਬਰ ਡਬਲ ਸ਼ਿਫਟਾਂ ਕੰਮ ਕੀਤਾ ਉੱਥੇ, ਸਟਰਗਲ ਕਰਕੇ ਗਾਇਕੀ ਦੇ ਖੇਤਰ 'ਚ ਆਏ, ਲੋਕਾਂ ਨਾਲ ਪਿਆਰ ਮੁਹੱਬਤ ਦਿੱਤਾ, ਅਸੀਂ ਉੱਥੇ ਸਾਰਾ ਕੁਝ ਦੇਖਿਆ। ਸਰੀ ਦੇ ਵਿੱਚ ਵੀ ਉਨੀ ਕੀ ਰੇਸ਼ੋ ਆ ਜਿੰਨੀ ਪੂਰੇ ਵਰਲਡ ਦੇ ਵਿੱਚ, ਔਰ ਮੈਂ ਫਿਰ ਵੀ ਦੁਆ ਕਰਦਾ ਔਰ ਪੇਰੈਂਟਸ ਨੂੰ ਮੈਂ ਇਹ ਬੇਨਤੀ ਕਰਦਾ ਕਿ ਬੱਚਿਆਂ ਨੂੰ ਆਪਣੇ ਕਲਚਰ ਪ੍ਰਤੀ, ਆਪਣੀ ਮਾਂ ਬੋਲੀ ਪ੍ਰਤੀ ਜੋੜੋ, ਕਿ ਸਾਡੇ ਬੱਚਿਆਂ ਨੂੰ ਸਾਡੇ ਕਲਚਰ ਦਾ ਪਤਾ ਲੱਗੇ ਔਰ ਆਪਣੇ ਜੜ੍ਹਾਂ ਦੇ ਨਾਲ ਜੁੜ ਕੇ ਰਹਿਣ। ਔਰ ਜਦੋਂ ਬੱਚਾ, ਜਿਹੜਾ ਬੱਚਾ ਭਟਕ ਜਾਂਦਾ ਆਪਣੀ ਟੀਨ ਏਜ ਦੇ ਵਿੱਚ, ਉਹ ਸੁਸਾਇਟੀ ਗਲਤ ਹੋ ਜਾਏ, ਉਹ ਬੱਚੇ ਦਾ ਮੁੜਨਾ ਔਖਾ ਹੋ ਜਾਂਦਾ, ਜੋ ਬੱਚੇ ਦਾ ਵੀ ਫੋਲਟ ਨਹੀਂ ਹੁੰਦਾ, ਸੁਸਾਇਟੀ ਉੱਦਾਂ ਦੀ ਹੋ ਜਾਂਦੀ ਆ। ਅਤੇ ਜਿਹੜੀ ਟੀਨ ਏਜ ਹੁੰਦੀ ਆ, ਸਾਡੇ ਸਾਰੇ ਪੇਰੈਂਟਸ ਦਾ ਸਾਡਾ ਫਰਜ਼ ਬਣਦਾ ਕਿ ਅਸੀਂ ਬੱਚਿਆਂ ਨੂੰ ਉਦੋਂ ਬੱਚਿਆਂ ਦੀ ਉਂਗਲ ਫੜ ਕੇ ਰੱਖੀਏ ਅਤੇ ਆਪਣਾ ਥਾਪੜਾ ਉਹਨਾਂ ਦੇ ਅਸੀਂ ਮੋਢਿਆਂ ਦੇ ਕੰਧਿਆਂ 'ਤੇ ਰੱਖੀਏ, ਸਿਰ 'ਤੇ ਹੱਥ ਰੱਖੀਏ, ਅਤੇ ਤਾਂ ਕਿ ਬੱਚੇ ਜਿਹੜੇ ਸਾਡੇ ਨਾਲ ਜੁੜੇ ਰਹਿਣ। ਅਤੇ ਔਰ ਮੈਂ ਸਾਰੇ ਕੁੱਲ ਜਗਤ ਦੀ ਸਲਾਮਤੀ ਚਾਹੁੰਦਾ ਔਰ ਕੁੱਲ ਦੁਨੀਆ ਜਿਹੜੀ ਚੜ੍ਹਦੀ ਕਲਾ 'ਚ ਰਹੇ, ਔਰ ਪੰਜਾਬੀ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਆ ਅਤੇ ਚੜ੍ਹਦੀ ਕਲਾ 'ਚ ਰਹਿਣੇ ਆ ਜੀ। ਸਾਰਿਆਂ ਨੇ ਜਿਹੜੀ ਮੇਰੀ ਐਲਬਮ ਆ ਭੰਗੜੇ ਦਾ ਕਿੰਗ, ਉਹਨੂੰ ਪਿਆਰ ਦਿਓ, ਔਰ ਮੈਨੂੰ ਆਸ ਆ ਕਿ ਤੁਸੀਂ ਬਹੁਤ ਸਾਰੇ ਗੀਤਾਂ ਨੂੰ ਵਿੱਚੋਂ ਪਸੰਦ ਕਰੋਗੇ, ਸਾਰੇ ਗੀਤਾਂ ਨੂੰ ਪਸੰਦ ਕਰੋਗੇ, ਕਿਉਂਕਿ ਉਹਦੇ ਵਿੱਚ ਪੰਜਾਬ ਦੀਆਂ ਜੜ੍ਹਾਂ ਦੀ ਗੱਲ ਹੋਈ ਹੈ, ਪੰਜਾਬੀ ਮਾਂ ਬੋਲੀ ਦੀ ਗੱਲ ਹੋਈ ਹੈ, ਮੋੜੀ ਮੋੜੀ ਉਹ ਜਵਾਨਾਂ ਪੰਜਾਬੀ ਬੋਲੀ ਤੁਰੀ ਜਾਂਦੀ ਹੈ। ਇਹ ਤੁਸੀਂ ਨਵਾਂ ਗਾਣਾ ਉਹਦੇ ਵਿੱਚ ਸੁਣੋਗੇ, ਕਿਉਂਕਿ ਜਿੱਦਾਂ ਦੇ ਗਾਣੇ ਮੈਂ ਪਹਿਲਾਂ ਤੋਂ ਗਾਏ ਆ ਉਵੇਂ ਦਾ ਹੀ ਜਿਹੜਾ ਕਿ ਮਿਕਸ ਆ, ਉਹਦਾ ਕਿ ਮਿਕਸਚਰ ਬਣਾ ਕੇ ਅਸੀਂ ਪੇਸ਼ ਕੀਤਾ, ਔਰ ਮੈਨੂੰ ਪੂਰਨ ਆਸ ਆ ਕਿ ਤੁਸੀਂ ਪਸੰਦ ਕਰੋਗੇ। ਅਤੇ ਇੱਕ ਵਾਰੀ ਫਿਰ ਤੁਹਾਡਾ ਸਭ ਦਾ ਵੈਲਕਮ, ਤੁਹਾਡਾ ਸਭ ਦਾ ਧੰਨਵਾਦ, ਤੁਸੀਂ ਇੱਥੇ ਸਾਨੂੰ ਅੱਜ ਕੈਪਚਰ ਕੀਤਾ, ਤੁਸੀਂ ਇਸ ਮੇਰੀ ਗੱਲ ਨੂੰ ਦੁਨੀਆ ਦੇ ਵਿੱਚ ਲੈ ਕੇ ਜਾਣਾ, ਤੁਹਾਡਾ ਸਮੁੱਚੀ ਟੀਮ ਦਾ, ਸਾਰੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਜੀ। ਇੱਕ ਵਾਰੀ ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ, ਯੂਟਿਊਬ ਚੈਨਲ ਸਬਸਕ੍ਰਾਈਬ ਕਰੋ ਅਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ।